ਇੱਕ ਮਸਲਾ ਇੱਥੇ ਜ਼ਿਹਨ 'ਚ ਆ ਗਿਆ, ਮੈਂ ਤੂੰ ਛੱਡਣ ਲੱਗਾ ਫਿਰ, ਜੇ ਗੌਰ ਨਾਲ ਸੁਣਨਾ ਜੇ ਤਾਂ ਮੌਕਾ ਦੀ ਹੈ ਮਸਲਾ ਬਿਆਨ ਕਰਨ ਦਾ, ਕਿਉਂਕਿ 18 ਜ਼ੁਲ ਅੱਜ ਕਰੀਬ ਹੈ, ਇਸ ਵਾਸਤੇ ਮਸਲਾ ਬਿਆਨ ਕਰਨ ਲੱਗਾ ਮੈਂ। ਜਿਹਨੇ ਗੌਰ ਨਾਲ ਸੁਣਨਾ ਹੱਥ ਚੁੱਕੋ, ਬਸ ਮੈਂ ਇਸ ਵਾਸਤੇ ਕੋਈ ਦਾਦ ਲੈਣ ਵਾਸਤੇ ਨਹੀਂ, ਭਾਵੇਂ ਚੁੱਪ ਕਰੀ, ਮੇਰੀ ਮਿਹਨਤ ਜ਼ਾਇਆ ਨਾ ਕਰੀ ਅਤੇ ਗੁੰਮਰਾਹੀ ਤੋਂ ਬਚ ਜਾਏਗਾ। ਬਿਲਕੁਲ ਹਜ਼ੂਰ ਨੇ ਜੀ ਆਪਣਾ ਹੱਥ ਵੀ ਬੁਲੰਦ ਕੀਤਾ, ਇੱਕ ਮਸਲਾ ਬਿਆਨ ਲੱਗਿਆ ਮਧੂ ਛੋੜ ਕੇ, ਅਤੇ ਨਾਲ ਮੌਲਾ ਅਲੀ ਦਾ ਵੀ ਹੱਥ ਚੁੱਕਿਆ। ਸੱਚੀ ਗੱਲ ਹੈ, ਸੱਚਾ ਫਰਮਾਨ ਹੈ, ਜਿਹੜਾ ਸ਼ੱਕ ਕਰੇ ਨਾ ਮੌਲਾ ਅਲੀ ਸ਼ਾਨ ਦੇ ਮੁਤਲਕ, ਉਹ ਪੱਕ ਮੁਨਾਫਕ ਹੈ। ਮੌਲਾ ਅਲੀ ਦੀ ਸ਼ਾਨ ਦਾ ਇਨਕਾਰ ਕਰਨ ਵਾਲਾ ਆਖੋ ਪੱਕਾ ਮੁਨਾਫਕ ਹੈ। ਇਮਾਮ ਮਸਜਿਦ ਹੋਵੇ ਤਾਂ ਵੀ ਮੁਨਾਫਕ ਹੈ, ਮਿੰਬਰ ਦੇ ਬਹਿ ਕੇ ਜੁਮਾ ਪੜਾਏ ਬੁਕਦੇ ਅਲੀ ਰੱਖੇ ਤਾਂ ਵੀ ਮੁਨਾਫਕ ਹੈ, ਐਡੀ ਦਾੜੀ ਹੋਵੇ ਤਾਂ ਵੀ ਮੁਨਾਫਕ ਹੈ, ਐਡੀ ਤਸਬੀਹ ਹੋਵੇ ਤਾਂ ਵੀ ਮੁਨਾਫਕ ਹੈ, ਪੱਗ ਬੜੀ ਵੱਡੀ ਹੋਵੇ ਤਾਂ ਵੀ ਮੁਨਾਫਕ ਹੈ। ਇਮਾਨ ਮਿਲਣਾ ਹੀ ਉਦੋਂ ਹੈ ਜਦੋਂ ਅਲੀ ਦਾ ਨੌਕਰ ਬਣ ਜਾਏਗਾ, ਠੀਕ ਹੈ? ਇੰਜ ਨਹੀਂ ਨਾਰਾ ਮਾਰੀ ਦਾ, ਨਾਰਾ ਹੈਦਰੀ, ਨਾਰਾ ਹੈਦਰੀ। ਇਸ ਜਣੇ ਦਾ ਨਾਂ ਹੌਲੀ ਲਈਦਾ, ਅਤੇ ਜਦੋਂ ਲਈਦਾ ਹੱਥ ਚੁੱਕ ਕੇ ਲਈਦਾ, ਹੱਥ ਚੁੱਕ ਕੇ ਮੌਲਾ ਅਲੀ ਦਾ ਨਾਂ ਲੈਣਾ। ਸੁਣੋ ਏ, ਮੌਲਾ ਅਲੀ ਦਾ ਨਾਂ ਹੱਥ ਚੁੱਕ ਕੇ ਲੈਣਾ ਹਜ਼ੂਰ ਦੀ ਸੁਨਤ ਹੈ। ਲਿਆ ਕੋਈ ਮੌਲਵੀ ਜੇ ਇਸ ਗੱਲ ਦਾ ਇਨਕਾਰ ਕਰਦਾ, ਉਹਨੂੰ ਮੈਂ ਮਾਰਾਂ ਇੱਕ ਦੋ ਧੱਥੜ ਨੂੰ ਸਮਝ ਆਏ। ਸੁਨਤ ਕੋ ਜ਼ਿੰਦਾ ਕਰਦੇ ਹੋ, ਇਹ ਵੀ ਸੁਨਤ ਹੈ। ਹੱਥ ਚੁੱਕ ਕੇ ਮੌਲਾ ਅਲੀ ਦਾ ਨਾਂ ਲੈਣਾ ਆਖੋ ਸੁਨਤ ਹੈ। ਇੱਕ ਸੁਨਤ ਨੂੰ ਜ਼ਿੰਦਾ ਕਰੀਏ ਤੇ ਜੀ ਕਿੰਨਾ ਸਵਾਬ ਹੈ। ਜਿੰਨਾ ਬੜੀਆਂ ਨੇਕੀਆਂ ਕਰ ਲਈ ਨੇ ਉਹ ਨਾ ਬੋਲਿਆ ਜੇ, ਕਿਉਂਕਿ ਬਖਸ਼ੇ ਬਖਸ਼ਵਾਏ ਹੋ। ਜਿਹੜੇ ਮੇਰੇ ਜਾਂ ਗੁਨਾਹਗਾਰ ਹੈ ਉਹ ਜ਼ਰੂਰ ਬੋਲਿਆ ਜੇ, ਮੈਂ ਰਵਾਇਤ ਬਿਆਨ ਕਰਨ ਲੱਗਾ। ਇੱਕ ਹੱਥ ਨਬੀਆਂ ਦੇ ਸਰਦਾਰ ਦਾ, ਇੱਕ ਹੱਥ ਵਲੀਆਂ ਸੁਣਿਆ ਜੇ, ਗੌਰ ਮੇਰੀ ਮਿਹਨਤ ਆ ਨਾ ਕਰਿਆ ਜੇ। ਜ਼ੋਕ ਲੈਣ ਵਾਸਤੇ ਮੈਂ ਜ਼ਿਕਰ ਕਰਨ ਲੱਗਾ ਅੱਧਾ ਕੁ ਮਿੰਟ, ਪਰ ਕਰਨਾ ਮੈਂ ਮਸਲਾ ਬਿਆਨ ਹੈ। ਸੈਯਦ ਹੈ ਨਾ ਮੈਂ, ਕੋਈ ਜੁਮਰਾ ਜੁਮਿਆ ਸੈਯਦ ਨਹੀਂ, ਮੈਂ ਮਮੌਲੀ ਨੂੰ ਪੈ ਦੇ ਕੇ ਸੈਯਦ ਬਣਿਆ ਵਾਂ। ਉਹ ਸੁਣੋ, ਇੱਕ ਹੱਥ ਨਬੀਆਂ ਦੇ ਸਰਦਾਰ ਦਾ, ਇੱਕ ਹੱਥ ਵਲੀਆਂ ਦੇ ਸਰਦਾਰ ਦਾ। ਆਪਨੇ ਫਰਮਾਇਆ ਮੇਰੇ ਗੁਲਾਮੋ ਕਿਆ ਮੈਂ ਤੁਹਾਡੀਆਂ ਜਾਨਾਂ ਦਾ ਮਾਲਕ ਨਹੀਂ? ਸਾਰੇ ਸਾਹਬਾਂ ਨੇ ਕਿਹਾ ਜਿਹੜੇ ਉਸ ਵੇਲੇ ਨਾਲ ਸਨ, ਜਿਹੜੇ ਉਸ ਵੇਲੇ ਨਾਲ ਸਨ, ਜਿਹੜੇ ਉਸ ਵੇਲੇ ਸਾਰੇ ਨਹੀਂ ਸਨ, ਜਿਹੜੇ ਉਸ ਵੇਲੇ ਨਾਲ ਸਨ। ਇਹ ਗੱਲ ਯਾਦ ਰੱਖਿਆ ਜੇ ਕਿ ਮਸਲ ਦੇ ਵਿੱਚ ਬਿਆਨ ਕਰਨੀ ਹੈ। ਆਪਨੇ ਫਰਮਾਇਆ ਫਿਰ ਸੁਣ ਲਓ, ਮਨ ਕੋਨ ਤੋ ਮੌਲਾ ਹੂੰ ਵਾਲੀ ਮੌਲਾ। ਹੁਣ 5 ਵਾਰੀ ਮੈਂ ਪ੍ਰਤਿਮਾ ਕਰਨਾ ਜਿਹਦਾ ਮੈਂ ਮੌਲਾ, ਤੁਸਾਂ ਇੱਥੇ ਰੱਖ ਕੇ ਆਖਣਾ ਜਿਹੜਾ ਨਾ ਚੁੱਕਿਆ ਤਾਂ ਮੁਨਾਫਕ ਹੋਏਗਾ। ਧਿਆਨ ਰੱਖਿਆ ਜੇ ਜਿਹਦਾ ਮੈਂ ਮੌਲਾ ਉਹਦਾ ਨੌਜਵਾਨਾਂ ਨੂੰ ਕਹਾਂਗਾ, ਓਏ ਜ਼ੋਰ ਲਾ ਮੌਲਾ ਅਲੀ ਦੇ ਨਾਮ ਤੇ, ਇਬਾਦਤ ਕਰੋ, ਇਹਦਾ ਜ਼ਿਕਰ ਇਬਾਦਤ ਹੈ। ਅਲੀ ਯੋਰ ਜੀ ਦਾ ਨਾਮ ਹੀ ਲਈਏ ਤੇ ਮਦੀਨੇ ਵਾਲਾ ਖੁਸ਼ ਹੋ ਜਾਂਦਾ। ਜਿੱਦਾਂ ਮੈਂ ਮੌਲਾ ਯੋਦਾ, ਜਿੱਦਾਂ ਮੈਂ ਮੌਲਾ ਯੋਦਾ, ਜਿੱਦਾਂ ਮੈਂ ਮੌਲਾ ਯੋਦਾ, ਜਿੱਦਾਂ ਮੈਂ ਮੌਲਾ ਯੋਦਾ, ਜਿੱਦਾਂ ਮੈਂ ਮੌਲਾ ਯੋਦਾ। ਇਹ ਫਰਮਾਨ ਹੱਕ ਹੈ, ਬੋਲੋ ਫਰਮਾਨ। ਸਾਡਾ ਇਮਾਨ ਹੈ ਤੇ ਜੇ ਖਿਲਾਫਤ ਦਾ ਐਲਾਨ ਕਰਨਾ ਸੀ
ਤੇ ਚੰਦ ਆਧਾਰ ਚ ਕਰਨਾ ਸੀ। ਫਿਰ ਖੁਤਬੇ ਚ ਕਰਦੇ ਜਿੱਥੇ 1,24,000 ਇਕੱਠੇ ਸਨ। ਇਹ ਤੇ ਰਾਹ ਦਾ ਵਾਕਿਆ ਗਦੀਰ ਦਾ। ਬਾਈ ਜਿੱਥੇ 100 ਬੰਦਾ ਹੈ ਉੱਥੇ ਐਲਾਨ ਹੋਵੇ, ਜਿੱਥੇ ਆਧਾਰ ਹੁੰਦਾ ਉੱਥੇ ਨਾ ਹੋਵੇ। ਜਾਂ ਥੋੜਾ ਜਿਹਾ ਰੇਨ ਕੋਲ ਕੰਮ ਲਵੋ ਤੇ ਮੌਲਾ ਮੈਂ ਨਾ ਖਲੀਫਾ ਕਿੱਥੋਂ ਕੀਤਾ ਜੇ। ਥੋੜਾ ਬਹੁਤਾ ਮੈਂ ਵੀ ਕਿਤਾਬਾਂ ਵਹਿੰਦੇ ਰਹੀ ਨਾ, ਅੱਲਾ ਦੀ ਕਸਮੇ ਤਾਂ ਖਲੀਫਾ ਮਾਨਾ ਹੈ ਮੈਂ ਨਹੀਂ ਪੜਿਆ। ਹੁਣ ਇਹ ਗੱਲ ਦਿਨ ਚ ਰੱਖ ਗਈ ਨਹੀਂ ਜੀ, ਇਹ ਖਿਲਾਫਤ ਦਾ ਐਲਾਨ ਹੈ। ਮੈਂ ਕਿਹਾ ਜੇ ਉਹਦੇ ਹੱਥਾਂ ਨਾਲ ਖਿਲਾਫਤ ਮਿਲਦੀ ਹੈ ਨਾ, ਫਿਰ ਹੱਕ ਸਮਾਨ ਇਹ ਗਨੀ ਦਾ। ਮੈਂ ਦਲੀਲ ਦੇਣ ਲੱਗਾ, ਫਿਰ ਪਹਿਲਾ ਖਲੀਫਾ ਜੀ ਹੱਥਾਂ ਨਾਲ ਮਿਲਣਾ ਨਾ, ਫਿਰ ਉਸਮਾਨ ਗਨੀ ਦਾ। ਕਿਉਂ? ਅਲੀ ਦਾ ਹੱਥ ਵੱਖਰਾ ਸੀ, ਨਬੀ ਦਾ ਹੱਥ ਵੱਖਰਾ ਸੀ, ਇਹ ਦੋਵੇਂ ਹੱਥ ਨਬੀ ਦੇ ਸਨ। ਤੇ ਫਰਮਾਇਆ ਆ ਮੇਰਾ ਜੇ ਤੇ ਆ ਜਿਹਨੂੰ ਸਮਝ ਆਈ ਆ ਚੁੱਕ ਸੁਭਾ ਲਗਾ ਦੇ। ਜੇ ਤੇ ਇੰਜੀ ਖਿਲਾਫਤ ਮਿਲਣੀ ਹੈ ਨਾ, ਤੇ ਫਿਰ ਉਸਮਾਨ ਗਨੀ ਦਾ ਹੱਥ ਹੈ, ਕਿਉਂਕਿ ਮੌਲਾ ਕਾਇਨਾਤ ਦਾ ਹੱਥ ਵੱਖਰਾ ਸੀ, ਨਬੀ ਪਾਕ ਦਾ ਵੱਖਰਾ ਸੀ, ਤੇ ਇੰਜ ਚੁੱਕੇ। ਤੇ ਫਰਮਾਇਆ ਜਿਹਦਾ ਮੈਂ ਮੌਲਾ ਦਾ ਅਲੀ ਮੌਲਾ, ਇਹ ਤੇ ਹੱਥ ਦੋਵੇਂ ਨਬੀ ਦੇ ਨੇ। ਤੇ ਫਰਮਾਇਆ ਆ ਮੇਰਾ ਜੇ ਤੇ ਆ ਉਸਮਾਨ ਦਾ। ਇਹ ਹੱਥ ਦੀ ਗੱਲ ਇੱਥੇ ਨਹੀਂ ਮੁੱਕਣੀ। ਜਦੁੱਲਾ ਫੌਕ ਆਈ ਦੀ ਹਿੰਮ, ਅੱਲਾ ਫਰਮਾਉਂਦਾ ਮੇਰਾ ਇਹਦੀ ਹੱਥਾਂ ਨਾਲ ਹੀ ਖਿਲਾਫਤ ਲੱਭਣੀ ਹੈ। ਫਿਰ ਇਹ ਖਿਲਾਫਤ ਜਿਹਨੂੰ ਖਿਲਾਫਤ ਉਸਮਾਨੇ ਬਣੀ ਹੈ, ਪਰ ਇਹ ਵੀ ਫਜ਼ੀਲਤ ਦੇ ਉਸਮਾਨ ਹੈ, ਉਹ ਫਜ਼ੀਲਤ ਦੀ ਅਲੀ ਹੈ। ਪਰ ਫੈਰੀ ਗੱਲ ਉੱਤੇ ਵਾਈ ਜਾਂਦਾ, ਉਹ ਫਜ਼ੀਲਤ ਹੋਰ ਹੁੰਦੀ ਹੈ, ਅਕਲੀਅਤ ਹੋਰ ਹੁੰਦੀ ਹੈ। ਮਨ ਮਨ ਦਾ ਮੌਲਾ ਕਹਾਂ ਦਾ ਅਲੀ ਮੌਲਾ, ਇਹ ਮੁਹੱਬਤ ਅਲੀ ਹੈ। ਆ ਮੇਰਾ ਹੱਥ ਹੈ, ਆ ਉਸਮਾਨ ਦਾ, ਇਹ ਉਸਮਾਨ ਦੀ ਮੁਹੱਬਤ ਹੈ। ਉੱਚਾ ਬੋਲੋ, ਉੱਚਾ ਬੋਲੋ। ਕਦੀ ਕਦੀ ਨਗਰ ਨਗਰ ਕਦੀ ਕਦੀ ਨਗਰ ਨਗਰ ਅੱਲਾ ਬੋਲੋ ਬੋਲੋ ਸੱਲੱਲਾਹੁ ਅਲੈਹਿ ਵਸੱਲਮ ਤਹਕੀ ਆਖਿਆ ਨਾਰਾਏ ਹੈਦਰੀ ਹਮ ਸਹਾਬੀਏ ਨਬੀ ਜੰਨਤੀ ਜੰਨਤੀ ਹਮ ਸਹਾਬੀਏ ਨਬੀ ਜੰਨਤੀ ਜੰਨਤੀ ਤਾਜਦਾਰੇ ਖਤਮੇ ਨਬੂਵਤ ਜ਼ਿੰਦਾਬਾਦ ਜ਼ਿੰਦਾਬਾਦ ਤਾਜਦਾਰੇ ਖਤਮੇ ਨਬੂਵਤ ਜ਼ਿੰਦਾਬਾਦ ਜ਼ਿੰਦਾਬਾਦ ਨਾਰਾਏ ਰਿਸਾਲਤ ਤਿੰਨ ਵਾਰੀ ਨਾਰਾ ਮਾਰੋ ਨਾਰੇ ਹਾਦਰੀ ਤਿੰਨ ਵਾਰੀ ਨਾਰਾਏ ਹੈਦਰੀ ਨਾਰਾਏ ਹੈਦਰੀ ਨਾਰਾਏ ਹੈਦਰੀ ਅੱਲਾ ਦੀ ਕਸਮੇ ਮੌਲਾ ਅਲੀ ਦਾ ਨਾਂ ਲੈਣਾ ਇਬਾਦਤ ਹੈ। ਵੁਜ਼ੂ ਕਰਕੇ ਆਏ ਆ, ਇਹਨੂੰ ਕੌਣ ਆਂਦਾ ਅਲੀ ਦਾ ਨਾਰਾ ਨਾ ਮਾਰ, ਮਾਰਿਆ ਕਰ ਪਰ ਲੈਂਡ ਹੋ ਕੇ ਨਹੀਂ ਵੁਜ਼ੂ ਕਰਕੇ। ਮੈਂ ਕੋਈ ਬੇਦਬੀ ਤੇ ਨਹੀਂ ਕਰ ਰਿਹਾ, ਤਬਲੀਗ ਕਰ ਰਿਹਾ।